ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਭਿੰਡਰ ਡੇਅਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਪਿੰਡ ਮਾਣੋਚਾਲ ਵੱਡੀ, ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਵੀ ਤਰਨ ਤਾਰਨ ਜੀ। ਇਸ ਘਰ 'ਚੋਂ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਆ। ਭਾਅ ਜੀ ਨੇ ਵਪਾਰ ਦਾ ਕੰਮ ਕਰਦੇ ਆ, 3 ਵਹਿਣਾ ਸੇਲ ਕਰਨੀਆਂ ਜੀ, ਜਿਹਨਾਂ ਵਿੱਚ 2 ਗੱਬਣਾ ਅਤੇ 1 ਆ ਜੀ ਸੂਈ ਆ ਜੀ। ਅਤੇ ਚੰਗੇ ਰਿਕਾਰਡ ਆ ਵਹਿਣਾ ਦੇ। ਵੀਡੀਓ ਨੂੰ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਫੇਸਬੁੱਕ 'ਤੇ ਵੀ ਸੇਮ ਪੇਜ ਆਪਣਾ ਭਿੰਡਰ ਡੇਅਰੀ ਫਾਰਮ, ਉਹਨੂੰ ਵੀ ਸਾਰੇ ਜਣੇ ਫੋਲੋ ਕਰ ਲਓ ਜੀ। ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ, ਨੰਬਰ ਨੋਟ ਕਰ ਲਓ 8586600918। ਗੱਲਬਾਤ ਕਰਾਵਾਂਗੇ ਭਾਈ ਹੁਣਾਂ ਨਾਲ ਅਤੇ ਇਹਨਾਂ ਵੈੜਾਂ ਦੀ ਡਿਟੇਲ ਲਵਾਂਗੇ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ ਕੀ ਹਾਲ ਜੀ? ਵਧੀਆ ਠੀਕ ਠਾਕ ਜੀ, ਤੁਹਾਨੂੰ 9 ਸਾਲ ਦੀਆਂ ਵਧਾਈਆਂ ਹੁਣ ਪਹਿਲਾਂ। ਠੀਕ ਹੈ ਜੀ, ਠੀਕ ਠਾਕ ਪਰਿਵਾਰ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਆਪਣੀ ਪਹਿਲੀ ਵੀਡੀਓ ਲੱਗੀ ਬਣ ਤੁਹਾਡੇ ਕੋਲ, ਵੀਡੀਓ ਆਪਾਂ ਲੱਗੇ ਬਣਾ। ਹਾਂਜੀ, ਤੇ ਵਪਾਰ ਦਾ ਕੰਮ ਹੈ ਜੀ ਆਪਣਾ? ਹਾਂਜੀ ਵੀਰ ਜੀ, ਵਪਾਰ ਦਾ ਕੰਮ। ਠੀਕ, ਕਿੰਨੇ ਪਊ ਸੇਲ ਕਰਨੇ ਆ ਜੀ? 3 ਗਈਆਂ ਆਪਣੇ। ਠੀਕ ਹੈ ਜੀ। ਹਾਂਜੀ, ਇੱਕ ਹੀ ਸੂਈ ਆ ਤੇ 2 ਗੱਭਣਾ? ਹਾਂਜੀ, 2 ਗੱਭਣਾ ਤੇ 1 ਸੂਈ ਆ। ਠੀਕ ਹੈ ਜੀ, ਆਪਣਾ ਨਾਮ ਦੱਸ ਦਿਓ ਜੀ। ਨਾਮ ਮੇਰਾ ਵੀਰ ਹੈਗਾ ਸੁਖਦੇਵ ਸਿੰਘ। ਹਾਂਜੀ, ਪਿੰਡ ਮਾਣੋਚਾਲ ਵੱਡੀ ਜੀ, ਜ਼ਿਲ੍ਹਾ ਤਰਨ ਤਾਰਨ। ਠੀਕ, ਫੋਨ ਨੰਬਰ ਦੱਸ ਦਿਓ ਜੀ। 7475786552। ਠੀਕ ਹੈ, ਵਪਾਰ ਦਾ ਹੀ ਕੰਮ ਕਰਦੇ ਆ। ਠੀਕ ਹੈ ਜੀ, ਗੱਬਣ ਵੈੜ ਤੋਂ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ। ਆਹ ਵੇਖ ਸਕਦੇ ਆ, ਆਹ ਗੱਬਣ ਵੈੜ ਆ, ਪ੍ਰਿੰਟ ਪ੍ਰੁੰਟ ਸੋਹਣਾ, ਜਰਸੀ 'ਚ ਆ ਜਾਂਦੀ, ਵੱਡੇ ਕੱਦ ਦੀ ਮਾਲਕ ਆ। ਆਹ ਥਣ ਥੁਣ ਚੈੱਕ ਕਰ ਲਓ ਇਹਦਾ, ਅਤੇ ਫੇਸ ਕੁਆਲਿਟੀ ਵੀ ਚੈੱਕ ਕਰ ਲਓ ਜੀ। ਆਹ ਵੇਖੋ ਫੇਸ ਕੁਆਲਿਟੀ ਭਾਅ ਜੀ, ਕਿਨਵਾਂ ਸੂਆ ਇਹਦਾ? ਇਹ ਵੀਰ ਜੀ ਦੂਜਾ ਸੂਆ ਸੋਹਣਾ, ਪਰ ਆਪਾਂ ਤੀਜੇ ਕਹਿ ਕੇ ਦੇਣੀ। ਅੱਛਾ, ਤੀਜਾ ਸੂਆ ਹੋਊਗਾ, ਦੂਜਾ ਸੋਹਣਾ ਤੇ ਕਹਿ ਕੇ ਤੀਜੇ ਦੇਣੀ ਆਪਾਂ। ਠੀਕ ਹੈ, ਠੀਕ ਹੈ, ਕਿਉਂ ਗਾਵਾਂ ਨਹੀਂ ਕਿਸੇ ਵੇਲੇ। ਹਾਂਜੀ ਹਾਂਜੀ, ਕਈ ਵਾਰ ਪੱਕ ਕੇ ਬਣਦਾ ਕੋਈ ਪਹੁ। ਹਾਂਜੀ ਹਾਂਜੀ, ਬਾਕੀ ਠੰਡੀ ਠੰਡੀ ਬੜੀ ਆ। ਠੀਕ ਹੈ ਜੀ, ਆਹ ਵੇਖੋ ਜੀ, ਤੇ ਬਾਕੀ ਥਾਣ ਬੜਾ ਸੋਹਣਾ ਲੱਗਾ ਵੈੜ ਨੂੰ। ਆਹ ਵੇਖੋ ਜੀ, ਥਾਣ ਥੋੜਾ ਚੰਗਾ ਤੇ ਹੈ ਵੀ ਕੱਚੀ ਆ। ਦੇਣ ਕਿੰਨੇ ਲੈ ਜੂਗੀ ਇਹ? ਫੇਰ ਜੀ ਘਰ ਵਾਲਿਆਂ ਦੇ 10 ਤਰੀਕ ਨੂੰ ਦਿਨ ਪੂਰੇ। ਹਾਂਜੀ, ਤੇ ਹਲੇ ਗਾਣੇ ਦਿਹਾੜੀ ਡੰਗ ਉੱਤੇ ਵੀ ਖੜ ਸਕਦੀ ਆ। ਹਾਂਜੀ, ਉੱਪਰ ਵੀ ਖੜ ਸਕਦੀ ਹੈ। ਠੀਕ, ਦੁੱਧ ਕਿੰਨਾ ਚਵਾਇਆ ਇਹਨੇ? ਵੀਰ ਜੀ ਇਹਦੇ 22 ਕਿਲੋ ਹੀ ਚੁੰਦੇ ਰਹੇ ਆ, ਤੇ ਆਪਾਂ ਨੇ ਚਲ 20 ਕਿਲੋ ਦੁੱਧ ਦੇ ਦਵੇ ਵੈੜ ਬੜਾ। ਠੀਕ ਹੈ ਜੀ, ਠੀਕ ਹੈ, ਸਹੀ। ਬਾਕੀ ਦੁੱਧ ਵੀਰ ਜੀ ਸੇਵਾ ਤੇ ਡਿਪੈਂਡ ਹੁੰਦਾ। ਬਿਲਕੁਲ ਜੀ, ਬਿਲਕੁਲ। ਬਾਕੀ ਠੰਡੀ ਠੰਡੀ ਕਾ ਬਹੁਤ ਜ਼ਿਆਦੀ ਆ। ਹਾਂ ਵੇਖੋ ਜੀ, ਠੰਡੀ ਬਿਲਕੁਲ ਬਿਲਕੁਲ ਠੰਡੀ ਆ ਜੀ, ਚੀਜ਼ਾਂ ਲੱਭਦੀਆਂ ਨਹੀਂ ਆ। ਹਾਂਜੀ ਹਾਂਜੀ ਹਾਂਜੀ, ਤੇ ਬਾਕੀ ਤੋੜ ਦਿਓ ਵੀਰ ਜੀ ਇਹਨੂੰ। ਫੇਸ ਕੁਆਲਿਟੀ ਚੈੱਕ ਕਰ ਲਓ, ਬੜੀ ਸੋਹਣੀ ਆ ਵੈੜ। ਆਹ ਵੇਖੋ ਜੀ, 10 ਤਰੀਕ ਨੂੰ ਦਿਨ ਪੂਰੇ ਹੋਣੇ ਆ ਇਹਦੇ, ਤੇ ਢਿੱਲਾਂ ਢੁੱਲਾਂ ਕਾਫੀ ਆ ਜੀ, ਤੇ 20 ਲੀਟਰ ਦੁੱਧ ਚਵਾ ਜੂਗੀ ਜੀ ਇਹ ਵੈੜ। ਬਾਕੀ ਜਾਜ ਜੂਜ ਚੰਗੀ। ਹਾਂ ਵੇਖੋ ਜੀ, ਹਾਂਜੀ ਹਾਂਜੀ, ਬਿਲਕੁਲ ਠੰਡੀ ਧੀਰੀ ਆ ਜੀ। ਥਣਾਂ ਦਾ ਗੈਪ ਵੀ ਚੰਗਾ ਵੈੜ ਕੋਲ, ਸੋਹਣਾ ਵਾ ਗੈਪ। ਆਹ ਵੇਖੋ, ਥਣ ਥੁਣ ਵੇਚ ਸਕਦੇ ਹਾਂ ਲਾਗੇ ਤੋਂ ਵੀ, ਬੜੇ ਸੋਹਣੇ ਥਣ ਆ ਜੀ, ਗੈਪ ਬਹੁਤ ਸੋਹਣਾ। ਘੁਮਾ ਲਓ ਵੀਰ ਜੀ ਇਹਨੂੰ। ਆਹ ਵੇਖੋ ਜੀ, ਫੇਸ ਫੂਜ ਦੀ ਕੁਆਲਿਟੀ ਵੀ ਚੰਗੀ ਆ, ਬਾਕੀ ਨਸਲ ਵਾਲੀ ਆ ਜੀ, ਚੰਗਾ ਦੁੱਧ ਚਵਾਊਗੀ। ਦਿਨ ਭਾਅ ਜੀ ਉੱਤੇ ਥੱਲੇ ਵੀ ਲੈ ਜਾਂਦੀ ਹੈ ਪੂਰੇ ਦੇ? ਹਾਂਜੀ ਹਾਂਜੀ, 10 ਤਰੀਕ ਨੂੰ ਘਰ ਆ ਲੈਂਦੇ ਤੇ ਦਿਨ ਪੂਰੇ ਹੁੰਦੇ ਆ। ਬਾਕੀ ਦੇ ਡੰਗ ਉੱਤੇ ਵੀ ਲੈ ਜੇ, ਚਾਹੇ ਪਹਿਲੋ ਦੋ ਵਜੇ ਉੱਪਰ ਲੈ ਜੇ ਤੇ ਚੰਗਾ ਦੁੱਧ ਚਵਾਊਗੀ। ਹਾਂਜੀ ਹਾਂਜੀ ਬਾਕੀ ਹਾਂਜੀ, ਬਾਕੀ ਵੈੜ ਬਰੀਡ ਚੰਗੀ ਆ, ਬੋਦੀ ਬਾਕੀ ਵੈੜ। ਠੀਕ ਹੈ, ਬਹੁਤ ਜ਼ਿਆਦਾ ਠੰਡੀ ਤੇਰੀ ਆ, ਤੇ ਚਵਾਊਗੀ 20 ਲੀਟਰ ਕੇ ਵੱਧ ਵੀ ਚਵਾਊਗੀ। ਮੈਂ ਨਾ ਦੁੱਧ ਵੀਰ, ਭਾਵੇਂ ਸੇਵਾ ਦਾ, ਭਾਵੇਂ 20 ਚੋਲ ਗਏ, ਭਾਵੇਂ 10 ਚੋਲ ਗਏ, ਭਾਵੇਂ 22 ਚੋਲ ਗਏ, ਦੁੱਧ ਸੇਵੇ ਦੇ। ਜੀ ਜੀ ਜੀ, ਆਹ ਗੱਲ ਐਵੇਂ ਆਪਾਂ ਆਖੀ ਗਏ ਆ, ਪਰ ਦੁੱਧ ਐਡੀ ਗਾਣੇ 20 ਕਿਲੋ ਦੁੱਧ ਫਿਰ ਵੀ। ਹਾਂਜੀ ਹਾਂਜੀ, ਬਰੀਡ ਚੰਗੀ ਆ, ਕੱਦ ਵੀ ਸੋਹਣਾ ਲੱਗਾ ਜੀ, ਜਿਆਦਾ ਸੋਹਣੀ ਮੈਂ ਨਾ ਠੰਡੀ ਬੜੀ ਫਿਰ ਬਾਕੀ। ਹਾਂਜੀ, ਆਹ ਵੇਖੋ ਵੀਰ ਲਾਂ ਦੇ ਲੱਗਾ, ਜਿੰਨੀ ਯਾਰਾ ਮਰਜ਼ੀ ਪੈ ਜਾਓ ਥੱਲੇ, ਹਲੇ ਦੇ ਵੈਡ ਨੂੰ ਪਰਵਾਹ ਹੀ ਕੋਈ ਨਹੀਂ, ਢਿੱਲਾ ਬਹੁਤ ਜ਼ਿਆਦਾ। ਜੀ 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 ਜੀ, ਠੀਕ, ਤੇ ਇਹਦਾ ਮੁੱਲ ਕਿੰਨਾ ਕਰਨਾ ਜੀ? ਵੀਰ ਜੀ ਇਹੋ ਜੀ ਦੇ ਗਾਵਾਂ ਲੋਕ ਮੁੱਲ 55-55 ਹਜ਼ਾਰ ਕਰੀ ਜਾਂਦੇ ਆ, ਤੇ ਤੁਸੀਂ 55 ਤਾਂ ਨਹੀਂ ਕਰ ਸਕਦੇ? ਨਹੀਂ ਆਪਾਂ ਸ਼ਾਹ ਜੀ, ਮੈਂ ਦੇਣਾ 50 ਦੀ ਦੇ ਦਈਏ। ਉਹ ਚੋਂ ਮਾਣ ਤਾਣ ਕਿੰਨਾ ਕਰਨਾ ਜੀ? 2000 ਮੈਂ ਨਾ ਕਰ ਦਈਏ।
ਥੋੜਾ ਹੋਰ ਘਟਾ ਦੋ, ਹੋਰ ਕਰ ਦਗੇ। ਹਾਂ ਨਾ ਜਿਹੜੀ ਦੇ ਦੇਣੀ ਆ, ਆਹ ਉੱਥੇ ਦੱਸੋ 40000 ਦੀ ਵਸ਼ੀ ਦੇ ਦੇਾਂਗੇ। ਠੀਕ ਆ ਜੀ, ਹਾਂ ਨਾ ਜਿਹੜੀ ਦੇ ਦੇਣੀ, ਮੌਕੇ ਤੇ ਛੋੜ ਛਾੜ ਕਰ ਦਿਓ ਫਿਰ। ਛੋੜ 200 ਹੀ ਹੋਣੀ ਸਿਰਫ ਹੋਣੇ ਦੇ ਵਿੱਚ। ਠੀਕ ਆ ਜੀ, 40000 ਚ 200 ਛੋੜ, 200 ਹੀ ਨਹੀਂ ਆ। ਠੀਕ ਆ ਜੀ, ਬਾਕੀ ਬਹੁਤ ਜ਼ਿਆਦਾ ਚੰਗੀ ਆ, ਬਾਕੀ ਗਾਂ ਰੁੱਤ ਵੀ ਚੰਗੀ ਆ। ਹਾਂਜੀ ਹਾਂਜੀ ਹਾਂਜੀ, ਬਾਕੀ ਬਰੀਕ ਵਾਲੀ ਬਿਲਕੁਲ ਜੀ ਬਿਲਕੁਲ। ਠੀਕ ਆ ਜੀ, ਫੋਨ ਲਾ ਲਿਓ, 40000 ਚ 200 ਰੁਪਇਆ ਛੋੜ ਹੋਊਗੀ, ਤੇ ਫੋਨ ਜ਼ਰੂਰ ਕਰ ਲਿਓ। ਦੂਜੇ ਨੰਬਰ ਤੇ ਆਪਾਂ ਦਿਖਾਉਣੀ ਹੈ, ਉਹ ਵੀ ਸੂਈ ਸਵਾਈ ਆ ਬੈਡ, ਇਹ ਵੀ ਸੋਹਣੀ ਚੰਗੀ ਆ ਜੀ, ਬੜੀ ਬਰੀਟ ਆ ਵਿੱਚ। ਫੇਸ ਕੁਆਲਿਟੀ ਚੈੱਕ ਕਰੋ ਜੀ ਇਹਦੀ, ਆਹ ਵੇਖੋ ਜੀ, ਬੋਦੀ ਵਾਲੀ ਵੈੜ ਆ, ਇਹਨੂੰ ਬੋਦੀ ਵਾਲੀ ਨਹੀਂ ਕਹਿ ਦਿੰਦੇ ਜਿਹਨੂੰ, ਵੀ ਬੋਦੀ ਵਾਲੀ ਆ, ਥਾਣ ਥੁਣ ਇਹਦਾ ਵੀ ਸੋਹਣਾ ਹੋਣਾ। ਠੰਡੀ ਬੜੀ ਵਿੱਚ, ਆਹ ਵੇਖੋ ਜੀ, ਹਵਾਨਾ ਚੈੱਕ ਕਰ ਲਓ, ਥਾਣ ਵੀ ਚੈੱਕ ਕਰ ਲਓ, ਠੰਡੀ ਦੇ ਵੀ ਬਹੁਤ ਜ਼ਿਆਦੀ ਵੈੜ, ਆਹ ਵੇਖੋ ਥਾਣ ਚੈੱਕ ਕਰ ਲਓ ਜੀ। ਇਹਦਾ ਸੂਆ ਭਾਜੀ ਕਿਨੂੰ? ਇਹ ਜੀ ਦੁੱਜਣ ਵਿੱਚ ਜੀ। ਠੀਕ ਆ, ਦੂਜਾ ਸੂਆ। ਹਾਂਜੀ ਹਾਂਜੀ, ਤੇ ਬੱਚਾ ਇਹਦਾ ਕੋਲ ਕੀ ਹੈ? ਮਗਰ ਵੱਛਾ ਵਾ ਵੀਰ ਜੀ। ਠੀਕ ਆ, ਵੱਛਾ ਵੀ ਦਿਖਾ ਦਿੰਦੇ ਆਪਾਂ, ਆਹ ਵੱਛਾ ਜੀ, ਆਹ ਵੇਖੋ ਵੱਛਾ ਵਿਚਾਰਾ ਠੰਡ ਨਾਲ ਇਕੱਠਾ ਜਾ ਪਿਆ ਦੇ। ਹਾਂਜੀ, ਕਿੰਨੇ ਦਿਨ ਹੋ ਗਏ ਸੂਈ ਨੂੰ? ਇਹ ਵੀਰ ਜੀ 20 ਕੁ ਦਿਨ ਹੈ, ਤੁਸੀਂ ਮਹੀਨੇ ਦੀ ਗਿਣ ਕੇ ਲਓ। ਠੀਕ ਹੈ ਜੀ, ਮਹੀਨੇ ਕਿਹ ਕਿਹ ਦੇਣੀ ਅਗਲੇ? ਠੀਕ ਹੈ ਜੀ। ਹਾਂਜੀ ਵੀਰ ਜੀ, ਦੁੱਧ ਵਛੀ ਕੋਲ ਨਾ 14-15 ਕਿਲੋ ਹੀ ਨਿਆਣ ਕੇ ਨਾ, ਮੇਰੇ ਤਾਂ ਜੀ ਜਾਨੀ ਵੈੜ ਨੇ ਲਾਇਆ। ਅੱਛਾ ਜੀ, ਬਾਕੀ ਉਹ ਪੁੰਦੇ ਰਹੇ ਫੀਡ ਫੜ, ਮੈਂ ਜੀ ਜੀ ਪਾਉਂਦਾ ਹਾਂ। ਠੀਕ ਆ, ਦੁੱਧ ਥੋੜੀ ਘੜੀ ਆ, ਮੈਂ ਕਿਹਾ ਬਾਕੀ ਜਿਹੜਾ ਦੁੱਧ ਲੀਟਰ ਮਾਰਵਾ ਮੈਂ 11 ਉੱਪਰ ਆਪਾਂ 10 ਹੀ ਕਹਿ ਕੇ ਦੇਣਾ। ਠੀਕ ਆ, ਇਸ ਟਾਈਮ ਭਾਵੇਂ 2 ਡੰਗ ਚ ਹੋਵੇ, 3 ਡੰਗ ਚ ਹੋਵੇ, 10 ਲੀਟਰ ਰੈਡੀ, 10 ਲੈ ਕੰਡੇ ਵਾਲਾ ਦੁੱਧ ਹੋਊਗਾ। ਠੀਕ ਆ ਜੀ, ਠੰਡਾ ਕਰਕੇ। ਠੀਕ ਆ, ਹਾਂਜੀ, ਆਹ ਵੇਖੋ ਜੀ ਸੋਹਣੀ ਆ ਵੈੜ, ਇਹਨੂੰ ਤੋੜ ਦੋ ਜੀ। ਆਹ ਇੱਕ ਬੋਦੀ ਵਾਲੀ ਵੈੜ ਆ ਜੀ, ਇਹ ਬੋਦੀ ਆ ਇਹਦੇ ਸਿਰ ਦੇ ਉੱਤੇ, ਅਤੇ ਥਾਣ ਥੁਣ ਬੜਾ ਸੋਹਣਾ ਲੱਗਾ ਵਾ ਇਹਨੂੰ, ਹਵਾਨਾ ਵੀ ਚੈੱਕ ਕਰ ਲਓ, ਮਹੀਨਾ ਹੋ ਗਿਆ ਇਹਨੂੰ ਸੂਈ ਨੂੰ, ਇਸ ਟਾਈਮ 'ਤੇ 10 ਲੀਟਰ ਦੁੱਧ ਤਿਆਰ ਆ ਇਹਦੇ ਕੋਲ। ਆਹ ਵੇਖੋ ਜੀ, ਬਿਲਕੁਲ ਠੰਡੀ ਧੀਰੀ ਆ, ਕੋਈ ਰੱਸੀ ਰੁੱਸੀ ਪਾਉਣ ਦੀ ਨਹੀਂ ਲੋੜ, ਜਿੱਦਾਂ ਮਰਜ਼ੀ ਚੋਈ ਜਾਓ, ਲੈ ਜਾਓ ਜੀ ਇਹਨੂੰ, ਲੈ ਜਾਓ। ਬਾਕੀ ਬਰੀਟ ਬਹੁਤ ਜ਼ਿਆਦਾ, ਆਹ ਵੇਖੋ ਬੋਦੀ ਹੈਗੀ ਸਿਰ ਦੇ ਉੱਤੇ। ਸੋਹਣੀ ਆ ਜੀ ਵੈਰ, ਪੂਰੀ ਕਾਇਮ ਆ, ਕੋਈ ਲਿੱਸੀ ਲੁੱਸੀ ਨਹੀਂ ਗੀ ਜੀ। ਦੁੱਧੋਂ ਵਾਜੂ ਥੋੜ੍ਹਾ ਬਹੁਤਾ ਵੀਰ ਜੀ, ਵਾਜੂ ਦੁੱਧ 13-14 ਕਿਲੋ ਫਿਰ ਗਾਂ ਕਰ ਜੂਗੀ, ਬਾਕੀ ਤੈਨੂੰ ਪਤਾ ਮੌਸਮ ਦਾ ਠੰਡ ਠੁੱਡ ਦਾ ਕਰਕੇ। ਹਾਂਜੀ ਹਾਂਜੀ ਹਾਂਜੀ, ਠੀਕ ਆ, ਤੇ ਇਹਦਾ ਮੁੱਲ ਕਿੰਨਾ ਕਰਨਾ ਜੀ? ਇਹਦਾ ਵੀਰ ਜੀ ਇਹੋ ਜੀ ਮਛੀ ਭਾਵੇਂ 40-42 ਹਜ਼ਾਰ ਦੀ ਵੇਚ ਦੇਈ ਦੀ ਆ। ਹਾਂਜੀ, ਜਾਂ ਦੁੱਧ ਹਾਬੀ ਆਪਾਂ ਉਹ ਮੁੱਲ ਕਰਨਾ ਜਿਹੜੇ ਪੈਸੇ ਲੈ ਲੈਣੇ ਆ, ਜਿੰਨਾ ਕੁ ਦੁੱਧ 20 ਹਜ਼ਾਰ ਦੀ ਵੀਰ ਜੀ ਮਛੀ ਦੇ ਦਾਂਗੇ ਆਪਾਂ। ਠੀਕ ਆ ਜੀ, ਹਾਂ ਮੁੱਲ ਭਾਵੇਂ 35-37 ਕਰਾ ਲਓ, 35 ਆ, ਬਾਕੀ ਠੰਡੀ ਬੜੀ ਆ, ਕੋਣ ਵੀ ਐਡੀ ਚੰਗੀ ਆ ਤੇ ਅੰਤੀ ਕੋਈ ਨਹੀਂ ਆ, ਬਾਕੀ ਜਿੰਨਾ ਕੁ ਦੁੱਧ ਆ ਉਹਨਾਂ ਕੁ ਮੁੱਲ ਦੱਸਿਆ ਤੁਸੀਂ। ਹਾਂਜੀ ਹਾਂਜੀ, ਉਹਨਾਂ ਦਾ ਬਾਕੀ ਇੱਕ ਗੱਲ ਇਹਦੇ ਅਗਲੇ ਦੇ ਘਰ ਜਾ ਕੇ 11-11.5 ਕਿਲੋ ਬਣਾਉਗੀ, ਆਪਾਂ 10 ਹੀ ਕਹਿ ਕੇ ਦੇਣੀ ਵੀਰ, ਤੇ ਥੋੜਾ ਬਹੁਤਾ ਮਾਣਦਾਨ ਹੋ ਜੂ ਕਿ ਨਹੀਂ? ਕਰਦਾਂਗੇ ਵੀਰ ਜੀ ਥੋੜਾ ਕਨਾਂ ਦਾ ਮਾਣਦਾਨ। ਠੀਕ ਹੈ ਠੀਕ ਹੈ, ਬਾਕੀ ਫੋਨ ਕਰ ਲਿਓ, ਪਤਾ ਨਹੀਂ ਸੌਦਾ ਕਿੱਥੇ ਬਣ ਜਾਣਾ। ਬੜੀ ਯਾਦ ਵਾਲੀ ਆ। ਹਾਂਜੀ, ਬੋਦੀ ਵਾਲੀ ਮੱਛੀ ਸੋਹਣੀ ਆ ਜੀ, ਬਾਕੀ ਬਹੁਤ ਜ਼ਿਆਦਾ ਠੰਡੀ ਧੀਰੀ ਹੋਣੀ। ਠੀਕ ਹੈ ਜੀ, ਫੋਨ ਜ਼ਰੂਰ ਕਰ ਲਿਓ, ਤੀਜੇ ਨੰਬਰ ਤੇ ਦਿਖਾਉਣੀ ਆ, ਆਹ ਵੇਖੋ ਜੀ 4 ਦੰਦ ਮੱਛੀ, 4 ਦੰਦ ਮੂੰਹ ਤੋਂ ਆ, ਤੇ ਆਹ ਵੇਖ ਸਕਦੇ ਆ ਇਹਨੇ ਵੀ ਚੱਡੀ ਬਣਾਈ ਆ, ਸੋਹਣੀ ਵਛੀ ਆ ਜੀ, ਜਰਸੀ ਜਾਏਦੀ ਵੱਡੀ ਜਰਸੀ, ਕਦ ਕੱਢ ਚੰਗਾ ਕਰ ਜਾਣਾ, ਅੱਜ ਜਦੋਂ ਜਵਾਨ ਹੋਣਾ ਇਹਨੇ ਕਾਫੀ ਚੰਗੀ ਹੋ ਜਾਣਾ, ਸੋਹਣੀ ਬਣ ਜਾਣਾ, ਤਿਆਰ ਹੋ ਜਾਣਾ। ਇਹਦਾ ਟਾਈਮ ਕਿੰਨਾ ਰਹਿੰਦਾ ਭਾਜੀ? ਇਹ ਵੀਰ ਜੀ 20 ਦਿਨ ਲੈਂਦੀ ਆ। ਅੱਛਾ, ਆਪਾਂ ਵੀਰ ਜੀ ਮਹੀਨਾ ਕਹਿ ਕੇ ਦੇਣੀ ਅਗਲੇ ਨੂੰ। ਅੱਛਾ, ਮੁੜ ਕੇ ਵਿਚਾਰਾ ਅਗਲਾ ਕੋਈ ਖੜ ਕੇ ਆਖੇ ਵੀਰ ਇਹ ਤਾਂ ਸੋਈ ਨਹੀਂ ਹਲੇ ਤੱਕ। ਹਾਂਜੀ ਹਾਂਜੀ, ਬੁਰਾ ਲੱਗਦਾ ਜੀ ਜੀ, 30 ਦਿਨ ਵੀ ਖੜ ਸਕਦੀ ਆ, 35 ਵੀ ਖੜ ਸਕਦੀ ਆ ਜੀ, ਬਾਕੀ 1.5 ਮਹੀਨਾ ਨਹੀਂ ਵਛੀ ਮੇਰੀ ਖੜੂਗੀ, ਮਹੀਨੇ ਦੇ ਅੰਦਰ ਅੰਦਰ ਵਛੀ ਸੂ ਪਾਊਗੀ। ਠੀਕ ਹੈ, ਬਾਕੀ ਵੈੜ ਅੱਧਾ ਕਿਲੋ 3 ਪਾ ਗਈ ਬੈਠ। ਹਾਂਜੀ 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 ਹਾਂਜੀ, ਬਾਕੀ ਬੋਦੀ ਬਾਦੀ ਵਾਲੀ ਵਛੀ, ਇਹ ਵੀ ਬੋਦੀ ਵਾਲੀ ਹੈ, ਸੋਹਣੀ ਆ, ਬਾਕੀ ਜਾਲ ਚੰਗੀ ਵਛੀ। ਹਾਂਜੀ, ਬੋਦੀ ਵਾਲੀ ਆ, ਬਾਕੀ ਠੰਡੀ ਬੜੀ ਵਛੀ, ਬਿਲਕੁਲ ਬਿਲਕੁਲ, ਸ਼ਕਲ ਸ਼ੁਕਲ ਵੀ ਸੋਹਣੀ ਆ, ਫੇਸ ਚੰਗਾ ਇਹਦਾ, ਥਾਣ ਹੁਣੇ ਹੀ ਥਾਣ ਬੜਾ ਮੋਟਾ ਮੋਟਾ ਲੱਗਾ ਇਹਨੂੰ, ਬਹੁਤ ਜ਼ਿਆਦਾ ਵਛੀ ਨੂੰ, ਆਹ ਵੇਖੋ ਥਾਣ ਚੈੱਕ ਕਰ ਲਓ, ਥਾਣ ਬੜਾ ਸੋਹਣਾ ਮੋਟਾ ਮੋਟਾ ਲੱਗਾ ਇਹਨੂੰ, ਬਾਕੀ ਵੀਰ ਕੋਈ ਸਾਂਭ ਲੈਣਾ। ਹਾਂਜੀ, ਇਹਨੂੰ ਵੀ ਤੋਰ ਦਿਓ ਵੀਰ ਜੀ, ਆਹ ਵੇਖੋ ਜੀ ਸੋਹਣੀ ਆ, ਕੱਦ ਕਾਠ ਵੀ ਠੀਕ ਆ,
ਤੇ ਬਾਕੀ ਇੱਕ ਮਹੀਨਾ ਪੂਰਾ ਲੈ ਜੂਗੀ। ਸੋਹਣੀ ਆ, ਹਵਾਨਾ ਨਿਕਾ ਜਿਹਾ ਬਣਾਇਆ, ਚੱਡੀ ਤਿਆਰ ਕੀਤੀ ਆ, ਆਹ ਵੇਖ ਸਕਦੇ ਹੋ ਤੁਸੀਂ, ਸੋਹਣੀ ਆ ਜੀ ਬੈਡ, ਬਾਕੀ ਠੰਡੀ ਧੀਰੀ ਆ ਜੀ ਇਹ ਵੀ, ਆਹ ਵੇਖੋ ਜਿੱਦਾਂ ਮਰਜ਼ੀ ਹੱਥ ਫੇਰੀ ਜਾਓ, ਚੱਡੀ ਚੈੱਕ ਕਰ ਲਓ, ਆਹ ਵੇਖੋ, ਆਹ ਵੇਖੋ ਜੀ ਚੱਡੀ, ਅਤੇ ਥਾਣ ਬੜੇ ਸੋਹਣੇ ਲੱਗੇ ਇਹਨੂੰ, ਗੈਪ ਵੀ ਸੋਹਣਾ ਵਾ ਜੀ, ਘੁਮਾ ਲਓ ਇਹਨੂੰ। ਬਾਕੀ ਹੈ ਬੋਦੀ ਵਾਲੀ ਆ, ਹਾਂਜੀ ਦਿਖਾ ਦਿਓ ਜੀ, ਆਹ ਵੇਖੋ ਜੀ ਕੰਨੀ ਵਾਲਾ ਦੰਦ ਛੋਟਾ ਜੇ, ਅਤੇ ਬਾਕੀ ਚਾਰ ਦੰਦ ਵੱਡੇ ਹੋ ਗਏ ਇਹਦੇ, ਲੈ ਜਾਓ। ਬਾਕੀ ਇਹਦਾ ਨਿਕਾ ਜਿਹਾ ਹੀ ਮੁੱਲ ਆ ਜੀ, ਜਿੱਡੀ ਕੁ ਆ ਮੋਟਾ ਕੁ ਮੁੱਲ ਆ ਇਹਦਾ। ਇਹ ਦੁੱਧ ਭਾਅ ਜੀ ਕਿੰਨਾ ਕੁ ਚਵਾਜੂ? ਦੁੱਧ ਵੀਰ ਜੀ 10 ਕਿਲੋ ਰਮਾਨਾ ਵਛੀ ਦੇ ਦੂਗੀ। ਠੀਕ ਹੈ ਜੀ, ਹਾਂਜੀ ਜ਼ਿਆਦਾ ਤਾਂ ਆਪਾਂ ਕਹਿੰਦੇ ਨੇ 10 ਕਿਲੋ, ਬਾਕੀ ਸੇਵਾ ਦੇ ਡਿਪੈਂਡ ਹੋਣਾ, ਬਾਕੀ ਕੋਈ ਸੇਵਾ ਵਾਲਾ ਲੈ ਜੇ ਤਾਂ ਹੋ ਸਕਦਾ ਵੱਧ ਵੀ ਚਵਾ ਲੈ, ਵੱਧ ਵੀ ਸਕਦੀ ਆ, ਬਾਕੀ 10 ਕਿਲੋ ਦੁੱਧ ਰਮਾਨਾ ਦੇ ਦੂਗਾ। ਹਾਂਜੀ ਬਾਕੀ ਠੰਡੀ ਧੀਰੀ ਵੜੀ ਆ, ਥਣ ਬਹੁਤ ਚੰਗਾ ਲੱਗਾ। ਜੀ ਜੀ ਬਿਲਕੁਲ ਜੀ, ਤੇ ਇਹਦਾ ਕਿੰਨਾ ਕਰਨਾ ਮੁੱਲ ਵੀਰ ਜੀ? ਹੁਣ ਇਹਦਾ ਮੁੱਲ ਭਾਵੇਂ 25-26 ਹਜ਼ਾਰ ਕਰੀਏ ਜੀ, 22 ਹਜ਼ਾਰ ਦੀ ਵਛੀ ਦੇ ਦੂਗਾ, ਥੋੜਾ ਬਹੁਤਾ ਛੋਟ ਕਰ ਦੋ, ਕੋਈ ਥੋੜੀ ਘਣੀ ਹੋਣੀ ਛੋਟ, ਛਾਪਾ ਜ਼ਿਆਦਾ ਨਹੀਂ ਹੋਣਾ ਵੀਰ, ਮੁੱਲ ਉਹਨਾਂ ਕੀਤਾ ਵਾ, ਬਾਕੀ ਵੈਡ ਤਿਆਰ ਹੋਈ ਤੇ ਭਾਵੇਂ 27-28 ਹਜ਼ਾਰ ਦੀ ਵੇਚ। ਹਾਂਜੀ ਬਾਕੀ ਮੁੱਲ ਬਿਲਕੁਲ ਜਾਇਜ਼ ਕੀਤਾ ਵਾ, ਫੋਨ ਜ਼ਰੂਰ ਲਾ ਲਿਓ, ਬਹੁਤ ਹੀ ਸੋਹਣੀ ਆ ਜੀ ਵੈਡ, ਹੈਂਡ ਫੂਡ ਵੀ ਚੰਗੀ ਆਉਂਦੀ ਆ, ਹਾਂਜੀ ਬਿਲਕੁਲ ਠੰਡੀ ਆ ਜੀ। ਕਰਨੀ ਭਾਜੀ ਕੋਈ ਗੱਲਬਾਤ ਹੋਰ? ਵਾਹ ਵੀਰ ਜੀ, ਮੇਰਾ ਵੀਰ ਭਰਾ ਕੋਈ ਫੋਨ ਲਾਵੇ, ਕੋਈ ਮਾਂ ਤਾਂ ਕਰਾਂਗੇ ਜਿੰਨਾ ਵੀ ਹੋਊਗਾ। ਠੀਕ ਹੈ ਜੀ, ਠੀਕ ਹੈ, ਆਹੀ 3 ਵੈੜਾਂ ਸੇਲ ਕਰਨੀਆਂ ਜੀ, ਆ ਗਏ ਆਪਣੀ ਤਸੱਲੀ ਕਰ ਲਿਓ, ਜਿਹੜੀ ਸੂਈ ਸਵਾਈ ਆ ਉਹਨੂੰ 2 ਟਾਈਮ ਚੋ ਲਿਓ, ਤੇ ਜਿਹੜੀਆਂ ਸੂਣ ਵਾਲੀਆਂ ਉਹਨਾਂ ਨੂੰ ਚੈੱਕ ਕਰ ਲਿਓ, ਤੇ ਆਪਣੀ ਉਹ ਚੈੱਕ ਪਾਸ ਤੁਹਾਡੀ ਆਪਣੀ ਆ? ਚੈੱਕ ਪਾਸ ਹੈ ਰੀਨ, ਆਪਾਂ ਟਿੱਪ ਕੇ ਵਛੀ ਲਈ ਆ। ਅੱਛਾ ਜੀ, ਆ ਵੀ ਰੀਨ ਹੈ ਤਸੱਲੀ, ਨਹੀਂ ਡਾਕਟਰ ਨੇ ਚੈੱਕ ਕੀਤੀ ਆ ਵੀ ਗੱਬਣ? ਹਾਂ ਜੀ, ਡਾਕਟਰ ਨੇ ਚੈੱਕ ਕਰਾ ਕੇ ਫੇਰ ਆਪਾਂ ਵੈਡ ਲਈ। ਠੀਕ ਆ ਤਾਂ ਆਪਣੀ ਵੀ ਤਸੱਲੀ ਕਰ ਲਿਓ, ਜਿੰਨੇ ਵੀਰ ਨੇ ਖਰੀਦਣੀ ਹੋਈ ਆ ਕੇ ਤਸੱਲੀ ਕਰ ਲਿਓ ਜੀ, ਵੀਡੀਓ ਕਰ ਦਿਓ ਸ਼ੇਅਰ, ਧੰਨਵਾਦ ਜੀ।